ਕਿੱਸਾ ਸਾਹਮਣੇ ਨਾਲ ਪੇਸ਼ ਕਰਨ ਜਾ ਰਹੇ ਹਾਂ ਜਸਵਿੰਦਰ ਜਮਲਾ ਜਿਸ ਦੇ ਲੇਖਕਕਾਰ ਨੇ ਕਿਰਪਾਲ ਸਿੰਘ ਜੀ ਪਾਲ ਕਿੱਸਾ ਸਾਹਮਣੇ ਨਾਲ ਬਹੁਤ ਹੀ ਦਿਲਚਸਪ ਕਹਾਣੀ ਹੈ ਇਸ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਨ ਕਰਮਨ ਦੀ ਕਿਰਪਾਲਤਾ ਕਰੋ ਅੱਜ ਦੇ ਕਲਾਕਾਰ ਜਸਵਿੰਦਰ ਜਮਲਾ ਜੀ ਉਹਨਾਂ ਦੇ ਨਾਲ ਸੰਗਤ ਕਰ ਰਹੇ ਨੇ ਤਬਲਾ ਮਾਸਟਰ ਪਵਨ ਕੁਮਾਰ ਜੀ ਪੱਪੀ ਸਾਡੇ ਬੱਪਾ ਲਹਿਰਾ ਜੀ ਘੜਾ ਮਾਸਟਰ ਔਰ ਅਲਗੋਜਾ ਦੇ ਸਾਥ ਦੇ ਰਹੇ ਨੇ ਸਤਵੀਰ ਸਿੰਘ ਜੀ ਅਲਗੋਜਾ ਮਾਸਟਰ ਬੜੇ ਪਿਆਰ ਤੇ ਸਤਿਕਾਰ ਨਾਲ ਕਿੱਸਾ ਸਾਹਮਣੇ ਨਾਲ ਸੁਣਨ ਦੀ ਕਿਰਪਾਲਤਾ ਕਰੋ ਜਸਵਿੰਦਰ ਜਮਲਾ ਦੀ ਜਵਾਨੀ ਸਤਿਕਾਰ ਨਾਲ ਜਰਾ ਸਨਮਾਨ ਕਰੋ ਹਾਂ ਕਿੱਥਾ
ਸਾਮੋਨਾਰ ਹਾਲ ਹਾਲ ਹੋਇਆ ਦਿੱਤਾ ਜੋ ਵੀ ਪੁਲਿਆ ਜੰਦੀ ਨੂੰ ਵੱਡਿਆ ਬਾਜੂ ਕੇਰਾ ਤਾਨੂੰ ਸ਼੍ਰੀ ਮਸੀਹ ਬੰਦੀ ਨੂੰ ਚਾਰ ਚਪੇਰੇ ਚਾਪ
ਦੇ ਬੜੇ ਪਿਆਰ ਤੇ ਸਤਿਕਾਰ ਨਾਲ ਆਪਣੀ ਕਲਮ ਨਾਲ ਤਿਆਰ ਕੀਤਾ ਕਿੱਸਾ ਜਸਵਿੰਦਰ ਜਮਲੇ ਨੇ ਦਿੱਤਾ ਹਲਾ ਵੀ ਜਸਵਿੰਦਰ ਜਮਲਿਆ ਸ਼ਾਮ ਤੋਂ ਦਾ ਕਿੱਸਾ ਕੀ ਜਾ ਰਿਹਾ ਹੈ ਤਾਰ ਦਿੰਦਾ ਤਾਂ ਕਿਵੇਂ ਕਾਰਨ ਪਾਲ ਜਮਲਾ
ਆਪਣੇ ਪੁੱਤਰਾਂ ਨੂੰ ਬੜੇ ਚਾਹਵਾ ਧੀਆਂ ਨੂੰ ਬੜੇ ਚਾਹਵਾ ਤੇ ਲਾਡਾਂ ਨਾਲ ਪਾਲਦੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਕੁੱਲ ਦਾ ਰਾਜ ਮਕਾਣਾ ਹੈ ਤੇ ਕੀ ਕਹਿ ਰਹੇ ਨੇ ਫੇਰ ਵੀ ਬੱਤੀ ਹੋਏ ਪਰਮੇਸ਼ਰ ਵਰਗਾ ਜੋ ਵੀ ਬੰਦਾ ਸੁੱਤਾ ਕੁੱਲ ਦੁਨੀਆਂ ਤੇ ਰਾਜ ਕਮਾਵੇ ਮਾਰ ਪੁਆਵੇ ਉੱਚਾ Thank you.
ਨੂੰ ਲੱਗ ਜਾਏ ਤੇ ਪੈਰ ਵੜਾ ਦਿੰਦੀ ਐ ਮਾੜੀ ਨਾਰ ਕਿਸੇ ਨੂੰ ਟੱਕਰ ਜਾਵੇ ਤੇ ਗਾਂ ਪਹਿਲੇ ਪਤੀ ਦਾ ਸਿਰ ਲਵਾ ਕੇ ਤਰ ਦਿੰਦੀ ਐ ਕਿਉਂਕਿ ਉਹਨੇ ਤਾਂ ਕੋਈ ਨਾ ਕੋਈ ਨਵਾਂ ਖਸਮ ਕੀਤਾ ਹੀ ਹੁੰਦਾ Thank you.
ਕਿੱਸਾ ਸ਼ਾਮੋਨਾਰ ਦੀ ਸਿਫਤ ਸੁਣੋ ਜੋ ਜੋ ਵੀ ਇਸ ਵਿੱਚ ਗੁਣ ਸਨ ਇਸ ਸਿਫਤ ਵਿੱਚ ਸਾਰੇ ਦਰਸਾਏ ਗਏ ਹਨ ਔਰ ਕਿੱਸਾ ਸ਼ਾਮੋਨਾਰ ਲੜੀਵਾਰ ਪੇਸ਼ ਕਰਨ ਜਾ ਰਹੇ ਹਨ ਜਸਵਿੰਦਰ ਜਮਲਾ ਤੇ ਉਹਨਾਂ ਦੇ ਸਾਥੀ
ਮਾਤਾ ਆਪਣੇ ਬਸੰਤ ਸਿੰਘ ਪਤੀ ਨੂੰ ਸ਼ਾਮੋ ਨਾਲ ਦੇ ਮੰਗਣ ਮਾਰੇ ਕਹਿੰਦੀ ਹੈ ਇਸ ਕਿੱਸੇ ਵਿੱਚ ਸੁਚੱਜੇ ਢੰਗ ਨਾਲ ਸੁਣੋ ਕੀ ਕਹਿ ਰਹੀ ਹੈ ਜਦੋਂ ਸ਼ਾਮੋਨਾਰ ਜਵਾਹਰ ਸਿੰਘ ਦੇ
ਵਿਆਹ ਕੇ ਆਪਣੇ ਪਿੰਡ ਰਈਏ ਦੇ ਲਿਆਂਦੀ ਤਾਂ ਉਸ ਦੇ ਹੁਸਨ ਦੀ ਚਰਚਾ ਪਿੰਡ ਵਿੱਚ ਹੋਰ ਹੋਣੀ ਸ਼ੁਰੂ ਹੋ ਗਈ ਤੋ ਸ਼ਾਮੋਨਾਰ ਬੜੇ ਪਿਆਰ ਤੇ ਸਤਕਾਰ ਨਾਲ ਡੋਲੀ ਵਿੱਚ ਆ ਰਹੀ ਏ ਤੋ ਹਲਾ ਵੀ ਮੁੰਡੇ ਜੋੜੀ ਵਾਲਿਆ ਸਤਵੀਰ ਸਿਆਂ ਅਲਗੋਜੇ ਕੀ ਕਹਿ ਰਹੇ ਨੇ
ਕੱਤੀ ਗੱਲ ਸੁਣਾਈ ਜਦੋਂ ਸ਼ਾਮੋਨਾਰ ਨੂੰ ਛਾਉਣੀ ਵਿੱਚ ਰਹਿੰਦੇ ਆ ਕੁਝ ਮਹੀਨੇ ਬੀਤੇ ਆਪਣੇ ਪਤੀ ਨੂੰ ਦੇਖ ਕੇ ਮਿਲਣ ਲਈ ਕਹਿੰਦੀ ਹੈ ਅਤੇ ਉਸ ਵੇ ਉਹਦਾ ਮਨ ਇੰਜ ਕਰਦਾ ਹੈ ਮਨ ਡੋਰ ਜਾਂਦਾ ਹੈ ਬੜੇ ਅੱਛੇ ਸੱਚੇ ਢੰਗ ਨਾਲ ਸ਼ਾਮੋਨਾਰ ਆਪਣੇ ਪਿੰਡ ਆਪਣੇ ਨਗਰ ਆਉਣਾ ਚਾਹੁੰਦੀ ਹੈ ਤਾਂ ਕੀ ਕਹਿ ਰਹੇ ਨੇ ਸ਼ਾਮੋਨਾਰ ਦੀ ਸੱਚੀ ਗੱਲ ਸੁਣਾਵੇ ਤੇ ਇਸ ਵੇਲੇ ਸ਼ਾਮੋਨਾਰ ਤੇ ਉਸਦਾ ਹੌਲਦਾਰ ਤਿਆਰ ਹੋ ਕੇ ਬੜੇ ਅੱਛੇ ਢੰਗ ਨਾਲ ਰਸਕੇ ਤੇ ਬਹਿ ਕੇ ਸਟੇਸ਼ਨ ਵੱਲ ਨੂੰ ਆ ਗਏ ਨੇ ਜਦੋਂ ਸ਼ਾਮੋਨਾਰ ਅਤੇ ਉਸਦਾ ਪਤੀ ਜਵਾਹਰ ਸਿੰਘ ਰੇਲ ਰਾਹੀਂ ਅੰਮ੍ਰਿਤਸਰ ਆ ਰਹੇ ਸਨ ਤਾਂ ਸ਼ਾਮ ਕੌਰ ਆਪਣੇ ਪਤੀ ਨੂੰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਕਹਿੰਦੀ ਹੈ ਉਸਦਾ ਪਤੀ ਕਹਿੰਦਾ ਕਿ ਚਲੋ ਗੁਰੂ ਮਹਾਰਾਜ ਦੇ ਅਸੀਂ ਵੀ ਦਰਸ਼ਨ ਕਰ ਆਉਂਦੇ ਹਾਂ ਤਾਂ ਜਸਵਿੰਦਰ ਜਮਲੇ ਦੀ ਜਵਾਨੀ ਸੁਣੋ ਕੀ ਕਹਿ ਰਹੇ ਨੇ
ਸਰਦਾਰ ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦਾ ਸਮਾਂ ਬੜਾ ਭਿਆਨਕ ਹੈ ਕਵੀ ਦੀ ਕਲਪਨਾ ਕੀ ਕਰ ਰਹੀ ਹੈ ਸ਼ਾਮੋ ਨਾਰ ਦਾ ਕਿੱਸਾ ਦਵੇ ਬਣਾ ਕੇ ਤੋ ਜਿਸ ਵਕਤ ਸ਼ਾਮੋ ਨਾਰ ਅਤੇ ਉਸਦਾ ਪਤੀ ਜਵਾਹਰ ਸਿੰਘ ਪਿੰਡ ਨੂੰ ਆਉਂਦੇ ਹਨ ਰੇਲ ਦੇ ਖੜੀ ਤੋਂ ਸ਼ਾਮੋ ਨਾਰ ਦੀ ਮੁੰਦੀ ਗਿਰ ਪੈਂਦੀ ਹੈ ਚੁੱਕਣ ਲਈ ਉਤਰਦੀ ਹੈ ਪਰ ਦੋਨਾਂ ਜਣਿਆਂ ਕੋਲੋਂ ਵਿਛੋੜਾ ਪੈ ਜਾਂਦਾ ਹੈ ਬੜੇ ਪਿਆਰ ਤੇ ਸਤਿਕਾਰ ਮੈਨੂੰ ਸ਼ਰਮਣ ਕਰੋ ਸ਼ਾਮੋ ਨਾਰ ਦੀ ਮੁੰਦਰੀ ਹੌਲਦਾਰ ਕਿਵੇਂ ਲੈਣ ਜਾ ਰਿਹਾ ਹੈ